तो स्ट्रोंग कर ली, जे विल पावर हौसला तगड़ा ना आत्मविश्वास मजबूत आ तो फिर करोना है ही कुछ नहीं, नैगेटिव हो गए तंदुरुस्त हो गए अपने घर में चले जाएंगे। मतलब जे सरकार चाहे भी हाँ भी असी इन्हों सैवन स्टार सहूलत दे के रखना ता जो इन्हों का जो विल पावर इन्हों का आत्म बल आत्म विश्वास वो पूरा मजबूत रहे तो सरकार वास्ते गल ही कुछ नहीं है। करोना वायरस को लैके लगातार पंजाब च मरीजा की गिनती विच वाधा हुंदा जा रहा है, उत्थे ही पॉजिटिव मरीज लगातार प्रबंध अधूरे होने की शिकायतें भी कर रहे हैं। अज लुधियाना तो लोक इंसाफ पार्टी के मुखी सिमरजीत बैंस लुधियाना सिविल अस्पताल सिटी मरीजों की सार लैण लई पहुंचे। उन्होंने गलबात दौरान मरीजों दीआं मुश्किलां जाणियां ਅਤੇ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਲਿਸਟ ਬਣਾਈ ਅਤੇ ਉਹਨਾਂ ਨੂੰ ਹੋਰ ਸਮਾਨ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਮਰੀਜ਼ ਵੀ ਖਿੜਕੀਆਂ ਤੋਂ ਬੈਂਸ ਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਵਿਖਾਈ ਦਿੱਤੇ ਅਤੇ ਸਿਮਰਜੀਤ ਬੈਂਸ ਨੇ ਕਿਹਾ ਕਿ ਸਰਕਾਰ ਦੇ ਪ੍ਰਬੰਧ ਸਾਰਿਆਂ ਦੀ ਨਜ਼ਰਾਂ ਦੇ ਸਾਹਮਣੇ ਨੇ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿਆਸਤ ਤੋਂ ਉੱਪਰ ਉੱਠ ਕੇ ਇਹਨਾਂ ਲੋਕਾਂ ਦੀ ਹੌਸਲਾ ਅਫਜਾਈ ਕਰਨ ਦੀ ਤਾਂ ਜੋ ਇਹ ਇਸ ਬਿਮਾਰੀ ਨੂੰ ਆਸਾਨੀ ਨਾਲ ਹਰਾ ਸਕਣ। ਬੈਂਸ ਨੇ ਇਸ ਮੌਕੇ 'ਤੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਵੀ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ 'ਚ ਕੋਈ ਸੱਚਾਈ ਨਹੀਂ ਹੈ। ਲੋਕ ਪਰੇਸ਼ਾਨ ਨੇ ਅਤੇ ਪੋਜ਼ਿਟਿਵ ਮਰੀਜ਼ਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਗੁੱਸੇ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ ਜਦੋਂ ਕਿ ਇਹਨਾਂ ਦੇ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਬੈਂਸ ਨੇ ਕਿਹਾ ਕਿ ਜੋ ਲੋਕ ਆਲੋਚਨਾ ਕਰ ਰਹੇ ਨੇ ਉਹ ਉਹੀ ਕਰ ਸਕਦੇ ਨੇ, ਲੋਕਾਂ ਦੀ ਸੇਵਾ ਕਰਨੀ ਬਹੁਤ ਵੱਡਾ ਕੰਮ ਹੈ। ਇਸ ਮੌਕੇ 'ਤੇ ਬੈਂਸ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੀ ਕਿਹਾ ਕਿ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਆਪਣੇ ਆਪਣੇ ਘਰ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਮੁਕੰਮਲ ਪ੍ਰਬੰਧ ਕਰਨੇ ਚਾਹੀਦੇ ਨੇ। ਵੱਡੀ ਤਾਦਾਦ ਦੇ ਇੱਥੇ ਮਰੀਜ਼ਾਂ ਨੂੰ ਰੱਖਿਆ ਗਿਆ ਸਰ, ਸਹੂਲਤਾਂ ਨਹੀਂ ਮਿਲ ਰਹੀਆਂ, ਤੁਸੀਂ ਲੋਕ ਮਰੀਜ਼ਾਂ ਤੱਕ ਜਿਹੜੀ ਸਹੂਲਤਾਂ ਪਹੁੰਚਾ ਰਹੇ ਹੋ ਕੀ ਕਹਿਣਾ ਚਾਹੋਗੇ? ਸੋ ਸਾਡਾ ਅਸੀਂ ਕੋਈ ਡਾਕਟਰ ਤਾਂ ਹੈ ਨਹੀਂ ਗੇ, ਅਸੀਂ ਤਾਂ ਇਹਨਾਂ ਦਾ ਮਨੋਬਲ ਉੱਚਾ ਕਰਨ ਲਈ ਵਿਲ ਪਾਵਰ ਹੌਸਲਾ ਅਫਜ਼ਾਈ ਵਿਲ ਪਾਵਰ ਤਕੜੀ ਅਤੇ ਸਟਰੋਂਗ ਕਰਨ ਲਈ, ਜੇ ਵਿਲ ਪਾਵਰ ਹੌਸਲਾ ਤਕੜਾ ਨਾ ਆਤਮਵਿਸ਼ਵਾਸ ਮਜ਼ਬੂਤ ਆ ਤਾਂ ਫਿਰ ਕਰੋਨਾ ਹੈ ਹੀ ਕੁਛ ਨਹੀਂ ਹੈ, ਨੈਗੇਟਿਵ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ। ਅਫਸੋਸ ਆ, ਕਮੀਆਂ ਪੇਸ਼ੀਆਂ ਤੁਸੀਂ ਖੁਦ ਸੁਣ ਲਈਆਂ, ਜੇ ਮੈਂ ਤੁਹਾਨੂੰ ਇਹਨਾਂ ਦੀ ਗੱਲ ਅੱਗੇ ਆ ਕੇ ਇਹਨਾਂ ਦਾ ਪੱਖ ਰੱਖਦਾ ਤਾਂ ਹੋ ਸਕਦਾ ਸੀ ਕੁਛ ਨਾ ਕੁਛ ਲੋਕ ਸਮਝਦੇ। ਸੋ ਅੱਜ ਮੈਂ ਕਿਸੇ ਦਾ ਨਿੰਦਕ ਨਹੀਂ ਹੈਗਾ, ਮੈਂ ਐਡਮਿਨਿਸਟ੍ਰੇਸ਼ਨ ਐਂਡ ਹੈਲਥ ਸੈਕਟਰੀ ਨੂੰ ਹੁਣੇ ਫੋਨ ਕਰਕੇ ਜਿਹੜੀਆਂ ਦਿੱਕਤਾਂ ਉਹਨਾਂ ਦੇ ਨੋਟਿਸ 'ਤੇ ਲਿਆਉਂਗਾ। ਮੈਂ ਖੁਦ ਉਹ ਦੇਖੋ ਜਿਪਸੀ ਭਰੀ ਹੋਈ ਆ, ਇਲੈਕਟ੍ਰਿਕ ਕੈਟਲ, ਸਟੀਮ ਦੇਣ ਵਾਲਾ ਸਮਾਨ, ਫਰੂਟ ਐਂਡ ਇਹਨਾਂ ਨੇ ਪੱਖਿਆਂ ਦਾ ਕਿਹਾ ਪੱਖੇ, ਜੋ ਜੋ ਇਹ ਸਮਾਨ ਕਹਿੰਦੇ ਆ ਤਾਂ ਜੋ ਇਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਇੱਥੇ ਲਵਾਰਸ ਪਏ ਹਾਂ, ਸਾਨੂੰ ਕੋਈ ਪੁੱਛਦਾ ਨਹੀਂ ਗਾ। ਸੋ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਹੋਈ ਮੈਂ ਆਪਣੀ ਟੀਮ ਦੀ ਡਿਊਟੀ ਲਾਈ ਵੀ ਡੇਲੀ ਆਉਣਾ, ਇੱਥੇ ਡੇਲੀ ਆ ਕੇ ਅਸੀਂ ਇਹਨਾਂ ਤੋਂ ਨੰਬਰ ਲੈ ਲਏ ਆਪਣੇ ਇਹਨਾਂ ਨੂੰ ਦੇ ਦਿੱਤੇ। ਇਕੱਲਾ ਇੱਥੇ ਨਹੀਂ, ਜਿਹੜੇ ਕੁਆਰੰਟਾਈਨ ਸੈਂਟਰ ਹੈਗੇ ਆ, ਚਾਹੇ ਉਹ ਮੈਰੀਟੋਰੀਅਸ ਸਕੂਲ ਆ, ਚਾਹੇ ਉਹ ਜੱਚਾ ਬੱਚਾ ਕੇਂਦਰ ਜਮਾਲਪੁਰ, ਉੱਥੇ ਵੀ ਅਸੀਂ ਸਾਰਾ ਸਮਾਨ, ਉਹ ਫਰੂਟ ਹੈਗਾ, ਉਹ ਜੂਸਰ ਆ, ਜੂਸ ਦੀ ਲੋੜ ਆ ਤਾਂ ਕਿ ਇਮਿਊਨਿਟੀ ਇਹਨਾਂ ਦੀ ਚੰਗੀ ਤਾਕਤਵਰ ਰਹੇ। ਸੋ ਇਹ ਕ੍ਰਿਟੀਸਾਈਜ਼ ਦਾ ਸਮਾਂ ਨਹੀਂ ਹੈਗਾ, ਆਲੋਚਨਾ ਦਾ ਸਮਾਂ ਨਹੀਂ ਹੈਗਾ, ਇਹ ਇਕੱਠੇ ਹੋ ਕੇ ਇਸ ਬਿਮਾਰੀ ਨੂੰ ਹਰਾਉਣ ਦਾ ਸਮਾਂ। ਤੁਸੀਂ ਮੈਨੂੰ, ਮੈਂ ਦੱਸਦਾ, ਸਰਕਾਰ ਇੱਕ ਬਹੁਤ ਵੱਡਾ ਤੰਤਰ, ਧਰਤੀ ਦਾ ਰੱਬ, 1000 ਜਾਂ 1100 ਪੇਸ਼ੈਂਟ ਹੈ ਪੰਜਾਬ ਦੇ ਵਿੱਚ, ਮੇਰਾ ਖਿਆਲ ਇਹਨਾਂ ਨੂੰ ਜੇ 7 ਸਟਾਰ ਸਹੂਲਤ ਦੇਣੀ ਹੋਵੇ 1000-1100 ਬੰਦੇ ਨੂੰ ਤਾਂ ਸਰਕਾਰ ਵਾਸਤੇ ਕੋਈ ਔਖੀ ਗੱਲ ਨਹੀਂ। ਮੈਂ ਕੋਈ ਆਲੋਚਨਾ ਨਹੀਂ ਫਿਰ ਕਹੂੰਗਾ ਕਰ ਰਿਹਾ, ਮਤਲਬ ਜੇ ਸਰਕਾਰ ਚਾਹੇ ਵੀ ਹਾਂ ਵੀ ਅਸੀਂ ਇਹਨਾਂ ਨੂੰ 7 ਸਟਾਰ ਸਹੂਲਤ ਦੇ ਕੇ ਰੱਖਣਾ ਤਾਂ ਜੋ ਇਹਨਾਂ ਦਾ ਜਿਹੜਾ ਵਿਲ ਪਾਵਰ, ਇਹਨਾਂ ਦਾ ਆਤਮ ਬਲ ਆਤਮ ਵਿਸ਼ਵਾਸ ਉਹ ਪੂਰਾ ਮਜ਼ਬੂਤ ਰਹੇ ਤਾਂ ਸਰਕਾਰ ਵਾਸਤੇ ਗੱਲ ਹੀ ਕੁਛ ਨਹੀਂ ਹੈਗੀ। ਹੁਣ ਤੁਸੀਂ ਸੁਣਿਆ ਬਹੁਤ ਸਾਰੇ ਜਿਹੜੇ ਅੰਦਰ ਸਟਾਫ ਮੈਂਬਰਸ ਹੈਗੇ ਉਹ ਰੂਡਲੀ ਬਿਹੇਵ ਕਰਦੇ ਆ, ਇਟਸ ਵੈਰੀ ਬੈਡ। ਉਹ ਲੋਕ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਬੜਾ ਭੱਦਾ ਸਲੂਕ ਕਰ ਰਹੇ ਪਿੰਡਾਂ ਸ਼ਹਿਰਾਂ ਦੇ ਵਿੱਚ, ਉਹ ਮੈਂ ਕਹਿੰਦਾ ਸਭ ਤੋਂ ਮਾੜੀ ਸੋਚ ਦੇ ਲੋਕ ਹੈ ਜਿਹੜੇ ਕਰੋਨਾ ਪੋਜ਼ੀਟਿਵ ਫੈਮਿਲੀ, ਇੱਕ ਪੋਜ਼ੀਟਿਵ ਇੱਥੇ ਆ ਗਿਆ ਬਾਕੀ ਨੈਗੇਟਿਵ ਦੇ ਨਾਲ ਇੰਨਾ ਮਾੜਾ ਵਿਵਹਾਰ ਕਰ ਰਹੇ ਆ। ਇਹ ਦੋਸਤ ਮਾੜਾ ਵਿਵਹਾਰ ਨਹੀਂ, ਅੱਜ ਸਾਨੂੰ ਇੱਕਜੁੱਟ ਹੋ ਕੇ ਇਸ ਬਿਮਾਰੀ ਨੂੰ ਹਰਾਉਣ ਵਾਸਤੇ ਯਤਨਸ਼ੀਲ ਹੋਣਾ ਚਾਹੀਦਾ। ਇਹ ਮੈਂ ਕਹੂੰਗਾ ਵੀ ਅਸੀਂ, ਮੈਂ ਆਇਆ ਇੱਥੇ ਕੋਈ ਡਾਕਟਰ ਨਹੀਂ ਗਾ, ਸਿਰਫ ਇਹਨਾਂ ਦਾ ਹੌਸਲਾ ਅਫਜਾਈ ਅਤੇ ਇਹਨਾਂ ਦਾ ਮਨੋਬਲ ਉੱਚਾ ਕਰਨ ਵਾਸਤੇ। ਯਾਰ ਜੇ ਤੁਹਾਡਾ, ਤੁਸੀਂ ਆਪਣੇ 'ਤੇ, ਮੈਂ ਆਪਣੇ 'ਤੇ ਲਾ ਕੇ ਦੇਖਾਂ, ਆਪਣਾ ਕੋਈ ਭਰਾ ਭੈਣ ਮਾਂ ਬਾਪ ਕਿਸੇ ਦੂਜੇ ਜ਼ਿਲ੍ਹੇ 'ਚ ਬੈਠੇ ਹੋਣ, ਦੂਜੀ ਸਟੇਟ 'ਚ ਬੈਠੇ ਹੋਣ, ਆਪਣਾ ਵੀ ਤਾਂ ਦਿਲ ਕਰਦਾ ਨਾ ਵੀ ਆਪਾਂ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਲਈਏ, ਮਿਲ ਲਈਏ ਉਹਨਾਂ ਨੂੰ। ਸੋ ਉਹਨਾਂ ਦਾ ਵੀ ਦਿਲ ਕਰਦਾ, ਪ੍ਰਵਾਸੀ ਵੀ ਸਾਡੇ ਭਰਾ ਹੈਗੇ ਆ।
जिहड़ा विलिंगली जाना चाहुंदा सरकार नूं तुरंत उहदा इंतजाम कर देना चाहिए। तुसी किसे नूं जोर जबरदस्ती धक्के नाल नहीं रख सकते, फिर वो बेचारे दो दो साल छे छे महीने के जवाक चक के मोढ़िआं नूं ला के तुर पैंदे आ। ऐसियां माड़ियां घटनावां सुणदे आ कि रस्ते दे विच बच्चे मर रहे आ। सो सरकार दी जिम्मेवारी बनती है जे कोई इंटर स्टेट कोई दूसरी स्टेट का वासी अपनी पितरी स्टेट च जाना चाहुंदा उहनूं छड्ड के आउण, उहदे लई इंतजाम करके देण ट्रांसपोर्ट। अफसोस मैनूं दोस्त इस गल दा होया, हजूर साहब वाली संगत है इत्थे भी मैरिटोरियस दे विच भी जच्चा बच्चा केंद्र दे विच जिहड़े हजूर साहब मत्था टेकन गए सी, वो कहिंदे बीबी हरसिमरत कौर बादल जिहड़ी सेंटर दे विच कैबिनेट वजीर आ उहने पंगा लै लिया। यार वैरी बैड, तुसीं अपने ते ला के देखो थोड़ा परिवार का कोई मैंबर बैठा होवे कि बाहर फसया होवे, तुसी 100 यतन करोगे भी उन्हें फटाफट परिवार च लै आइए। जो कैबिनेट वजीर आ उन्हें उदम उपराला करके संगत लैन की आलोचक जिहड़े लोग आ, तुसी आलोचक नूं कदे जित नहीं सकते, उन्हें आलोचना करी जानी है, उन्हां नूं छड्ड दिओ। अद्धे लोग कही जांदे आ भी कैप्टन साहब ने पहला यह घरां च क्यों भेजे, पहला हॉस्पिटलों लगने, मतलब कि आलोचना करने वाले लोग कदे हट नहीं सकते। हुण किहड़े मुख्यमंत्री का मन करता होगा कि उहदी स्टेट दे विच करोना फैल जाए। अपने पद्धर के उत्ते सारा कुछ चंगा हो रहा, जिहड़े आलोचक वीर है धन्यवाद उन्हों का, उन्होंने बेनती है भी भाई तुसी भी कोई ना कोई किसी कोई निम्दी दतनी दो जाके जिहड़े बेचारे फसे हुए है। कला सोशल मीडिया से बैठ के टक 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 करके सिर्फ तो सिर्फ जिहड़े आलोचक बन के तुसी कमेंट्स लिखण तक ही सीमित रह गए। सो ये आलोचना का टाइम नहीं, एकजुट हो के जो असी कर सकते हैं असी इस बीमारी को हराने वास्ते करिए। एवन पंजाबी टीवी ली लुधियाना तो प्रदीप भंडार की रिपोर्ट। मैं अपने ये मोढ़ियां ते गोढ़ियां तो बहुत दुखी सी, मेरे लिए तो तुरना फिरना भी इन्ना औखा होया मैं दस भी नहीं सकता, पर जब तो मैं फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस तरह इस्तेमाल करो, सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जड़े गंजपन पैना शुरू हो गया से वो दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुम सामना कर रहे हो तो यह तेल लाना ना भुलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगाने मैं मार्केट से बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी, तो वह भी मैं बड़ा